ਸਤਿ ਸ਼੍ਰੀ ਅਕਾਲ ਜੀ, ਮੈਂ ਜਸਮਨਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਗੁਰਕਿਰਪਾ ਟੀਵੀ। ਪਿਛਲੇ ਸਮੇਂ ਨੰਦੇੜ ਸਾਹਿਬ ਤੋਂ ਆਏ ਹੋਏ ਸ਼ਰਧਾਲੂਆਂ ਨੂੰ ਮੈਰੀਟੋਰੀਅਸ ਸਕੂਲ ਮਟੌਰ ਵਿਖੇ ਕੁਆਰੰਟਾਈਨ ਕੀਤਾ ਗਿਆ ਸੀ। ਸ਼ਰਧਾਲੂਆਂ ਨੂੰ ਅੱਜ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਵੱਲੋਂ ਦਵਾਈਆਂ ਦੀਆਂ ਕਿੱਟਾਂ ਵੰਡੀਆਂ ਗਈਆਂ। ਕਈ ਵਾਰੀ ਅਸੀਂ ਇਹ ਨਾਮ ਰਾਤ ਬਿਮਾਰੀ ਕਿ ਜਿਹੜਾ ਵਾਇਰਸ ਹੈ ਮੈਨ ਟੂ ਮੈਨ ਬਹੁਤ ਇੱਕ ਡਿਸੀਜ਼ ਹੈ, ਇਹਨੇ ਲੰਬਾ ਸਮਾਂ ਨਹੀਂ ਚੱਲ ਸਕਦਾ। ਪਰ ਜਿਸ ਤਰੀਕੇ ਨਾਲ ਅਸੀਂ ਸਾਡੀ ਸਰਕਾਰ ਦੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਹਦੇ ਲਈ ਮੈਂ ਸਾਰੇ ਆਪਣੇ ਜਿਹੜੇ ਸਾਡੀ ਪੈਰਾਮੈਡੀਕਲ ਫੋਰਸ ਹੈਗੀਆਂ ਨੇ, ਮੈਡੀਕਲ ਫੋਰਸ ਹੈਗੀਆਂ ਨੇ, ਕਲਾਸ ਆਸ਼ਾ ਵਰਕਰ ਤੋਂ ਲੈ ਕੇ ਕਲਾਸ ਪੁਲਿਸ ਪ੍ਰਸ਼ਾਸਨ ਹੋ ਗਿਆ, ਉਸ ਤੋਂ ਬਾਅਦ ਜਿਹੜੀਆਂ ਐਨ ਜੀ ਓ ਜਿਹੜੀਆਂ ਬਿਲਕੁਲ ਮੈਂ ਕਹਿ ਸਕਦਾ ਵੀ ਇੱਕ ਸਿਆਸੀ ਲੈਵਲ ਤੋਂ ਉੱਪਰ ਉੱਠ ਕੇ ਐਸਾ ਕੰਮ ਕਰ ਰਹੀਆਂ ਨੇ ਜਿਹਦੀ ਸਲਾਘਾ ਕਰਨੀ ਪੈਂਦੀ ਆ, ਉਹਦੇ ਵਿੱਚ ਬੈਠਕ ਜਿਹੜੀ ਹੈ ਸਿੱਖ ਕਰ ਸਕਦੀ ਹੈ ਔਰਗਨਾਈਜੇਸ਼ਨ ਹੈਗੀ ਆ, ਉਹ ਵੀ ਬਹੁਤ ਵੱਡਾ ਵੱਡਾ ਯੋਗਦਾਨ ਪਾ ਰਹੇ ਨੇ। ਔਰ ਦੂਜੀ ਗੱਲ ਇਹ ਕਿ ਵੀ ਅੱਜ ਇਸ ਮਹਾਂਮਾਰੀ ਨਾਲ ਲੜਨ ਦੇ ਲਈ ਜਿਸ ਤਰ੍ਹਾਂ ਯੂਨਾਈਟਿਡ ਹੋ ਕੇ ਲੜਨ ਦੀ ਜ਼ਰੂਰਤ ਹੈ ਅਤੇ ਸਿਆਸਤ ਕਰਨ ਦੀ ਜ਼ਰੂਰਤ ਵੀ ਹੈ, ਇੱਕ ਵਾਕਈ ਸਾਡੇ ਸੂਬੇ ਦੇ ਲੋਕਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਔਰ ਉਸ ਮਿਸਾਲ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਕਾਫੀ ਅੱਛਾ ਜਿਹੜਾ ਮੈਸੇਜ ਗੱਲ ਦਾ ਗਿਆ ਹੈ। ਜਿਹੜੀ ਪਰਸੋਂ ਵੀਡੀਓ ਕਾਨਫਰੰਸ ਸੀ ਹਰਸ਼ਵਰਧਨ ਦੇ ਨਾਲ, ਉਹਦਾ ਵੀ ਪੰਜਾਬ ਦੀ ਇਸ ਗੱਲ ਦੀ ਪ੍ਰਸ਼ੰਸਾ ਕੀਤੀ। ਕੱਲ੍ਹ ਤੱਕ ਜਿਹੜਾ ਸਾਡਾ ਸਕਸੈਸ ਰੇਟ ਸੀ ਉਹ 12% ਸੀ, ਲੋਕਾਂ ਨੂੰ ਬੜੀ ਚਿੰਤਾ ਸੀ ਕਿ ਪੰਜਾਬ 'ਚ ਬੜੀਆਂ ਮੌਤਾਂ ਹੋਣ, ਜੋ SOP ਜੋ ਗਾਈਡਲਾਈਨ ਸੈਂਟਰ ਗੌਰਮੈਂਟ ਤੋਂ ਜਾਂ WHO ਵੱਲੋਂ ਬਣੀਆਂ ਸੀ ਉਹਨਾਂ ਨੂੰ ਫੋਲੋ ਕੀਤਾ ਔਰ ਉਹਨਾਂ ਦੇ ਮੁਤਾਬਕ ਹੀ ਅਸੀਂ ਸਾਰੇ ਬੰਦਿਆਂ ਦਾ ਟ੍ਰੀਟਮੈਂਟ, ਸਾਰੇ ਬੰਦਿਆਂ ਨੂੰ ਆਈਸੋਲੇਸ਼ਨ, ਸਾਰਿਆਂ ਨੂੰ ਕੁਆਰੰਟਾਈਨ ਕੀਤਾ। ਸਾਨੂੰ ਸਾਡੇ ਇੱਥੇ ਜਿਹੜੇ ਬੰਦੇ ਸੀ ਉਹਨਾਂ ਵੱਲੋਂ ਕਈ ਸਾਨੂੰ ਉਹਨਾਂ ਸਾਡੇ ਖਿਲਾਫ਼ ਵੀ ਉਹਨਾਂ ਨੇ ਕਈ ਵਾਰੀ ਅਗਰੈਸਿਵ ਹੋ ਜਾਂਦਾ ਜੋ ਬੰਦਾ ਘਰੋਂ ਬਾਹਰ ਰਹਿੰਦਾ ਉਹਦੇ ਅੰਦਰ ਟ੍ਰੀਟਮੈਂਟ ਹੁੰਦੀ ਹੈ, ਪਰ ਲੇਕਿਨ ਇਹ ਉਹਨਾਂ ਦੇ ਭਲੇ ਵਾਸਤੇ ਹੀ ਸੀ, ਉਹਨਾਂ ਦੇ ਭਲੇ ਵਾਸਤੇ ਹੀ ਸੀਗੇ ਕਿ ਪਰ ਅੱਜ ਜੋ ਘਰ ਨੂੰ ਜਾ ਰਹੇ ਨੇ ਉਸ ਉਹਨਾਂ ਨੂੰ ਪ੍ਰਾਊਡ ਹੋ ਰਿਹਾ ਕਿ ਅਸੀਂ ਇੱਕ ਵੱਡੀ ਲੜਾਈ ਜਿੱਤ ਕੇ ਆ ਰਹੇ ਹਾਂ। ਔਰ ਉਹ ਲੜਾਈ ਨੂੰ ਜਿੱਤਣ ਵਿੱਚ ਜੋ ਇਹਨਾਂ ਸੰਸਥਾਵਾਂ ਵੱਲੋਂ ਆਪਣਾ ਯੋਗਦਾਨ ਪਾਇਆ ਗਿਆ, ਮੈਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮੈਂ ਉਹੀ ਕਹਿ ਰਿਹਾ ਅੱਜ ਇਹਨਾਂ ਨੇ ਕਿਹਾ, ਜਿਵੇਂ ਭਾਈ ਸਾਹਿਬ ਹੋਰਾਂ ਨੇ ਵੀ ਦੱਸਿਆ, ਜਸਮੀਤ ਜੀ ਜਿਹੜੇ ਕਿ ਇਹਦੇ ਡਾਇਰੈਕਟਰ ਨੇ, ਕਿ ਇਕੱਲੇ ਮੋਹਾਲੀ ਕੁਆਰੰਟਾਈਨ ਸੈਂਟਰ ਦੇ ਵਿੱਚ ਹੀ ਸਮੁੱਚੇ ਪੰਜਾਬ ਜਿਹੜੇ ਕੁਆਰੰਟਾਈਨ ਸੈਂਟਰ ਨੇ ਉਹਨਾਂ ਸਾਰਿਆਂ 'ਚ ਜਾਣਗੇ, ਉੱਥੇ ਜਾ ਕੇ ਕਿੱਟ ਪ੍ਰੋਵਾਈਡ ਕਰਨਗੇ। ਇਹਨਾਂ ਦਾ ਮੈਂ ਅਚੇਚੇ ਤੌਰ 'ਤੇ ਖਾਸ ਕਰਕੇ ਆਪਣੇ ਵੱਲੋਂ ਸਰਕਾਰ ਪ੍ਰਸ਼ਾਸਨ ਨੂੰ